ਹੁਣ ਸੀਐਮ ਖੱਟਰ ਦਾ ਹਰਿਆਣੇ ਦੇ ਨੇ ਤੇ ਉਹਨਾਂ ਨੂੰ ਜਦੋਂ ਪੁੱਛਿਆ ਵੀ ਜਿਹੜੀ ਰਿਹਾਈ ਹੋ ਰਹੀ ਆ ਹਨਾ ਪੈਰੋਲ ਮਿਲ ਰਹੀ ਆ ਉਹ ਕੁਨਿੰਤ ਪਤਾ ਹੀ ਨਹੀਂ ਤੇ ਇੱਥੇ ਜਵਾਬ ਇਹ ਵੀ ਆਇਆ ਕਿ ਕਾਨੂੰਨਾ ਦੇ ਤਹਿਤ ਜਿਹੜੇ ਨਿਯਮਾਂ ਦੇ ਤਹਿਤ ਮਿਲ ਰਹੀ ਆ ਤੇ ਮੈਂ ਇਸ ਮਾਮਲੇ ਤੋਂ ਦੂਰ ਰਹਿਣਾ ਚਾਹੁੰਦਾ ਉਹਨਾਂ ਦਾ ਇਹ ਬਿਆਨ ਆਇਆ ਦੇਖੋ ਖੱਟਰ ਸਾਹਿਬ ਕੁਛ ਕਹੀ ਜਾਣ ਮੈਂ ਵਕੀਲ ਐ ਜੀ ਮੈਂ ਤੁਹਾਡੇ ਮੀਡੀਆ ਦੇ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਜੀ ਦੋ ਤਰੀਕੇ ਦੇ ਨਾਲ ਪ੍ਰੋਲ ਹੁੰਦੀ ਹੈ ਇੱਕ ਪ੍ਰੋਲ ਹੁੰਦੀ ਹੈ ਇੱਕ ਫਰਲੋ ਹੁੰਦੀ ਹੈ ਫਰਲੋ ਹਾਂਜੀ ਠੀਕ ਹੈ ਪ੍ਰੋਲ ਤਾਂ ਜਿਹੜੀ ਉਹਨੂੰ ਜਿਹੜਾ ਹੈਗਾ ਕੋਟ ਜਿਹੜੀ ਹੈਗੀ ਆ ਉਹ ਦੇ ਦਿੰਦੀ ਹੈਗੀ ਆ ਦੂਜੇ ਪਾਸੇ ਫਰਲੋ ਜਿਹੜੀ ਹੈਗੀ ਹੈ ਸਰਕਾਰ ਦਿੰਦੀ ਹੈਗੀ ਆ ਇਹਨਾਂ ਨੂੰ ਤਾਂ ਫਰਲੋ ਵੀ ਦੇ ਲਈ ਉਹਨੂੰ ਅੱਛਾ ਜੀ ਫਰਲੋ ਵੀ ਦੇ ਚੁੱਕੇ ਤੇ ਇੱਕ ਹੀ ਦਿੰਦੀ ਦੇ ਫੇਰ ਹਾਂ ਫਿਰ ਇਹ ਜਿਹੜਾ ਹੈਗਾ ਇਹ ਇਹ ਜਿਹੜੇ ਹੈਗੇ ਆ ਜੇ ਖੱਟਰ ਸਾਹਿਬ ਵਰਗੇ ਇਹਨਾਂ ਨੂੰ ਕਿਹ ਆ ਪਤਾ ਹੈ ਵੀ ਕਿੰਨਾ ਲੋਕਾਂ ਦੇ ਜਿਹੜੇ ਹੈਗੇ ਆ ਘਰ ਜਿਹੜੇ ਵੇ ਹੈਗੇ ਆ ਕਿ ਆਪਣੇ ਕਾਰੋਬਾਰ ਜਿਹੜੇ ਹੈਗੇ ਆ ਉਹ ਪਤਾ ਹੀ ਆ ਤੁਹਾਨੂੰ ਸਾਰਾ ਕੁਝ ਤੇ ਜੇ ਮਤਲਬ ਇਹਦੇ ਨਾਲ ਲੋਕਾਂ ਦੀ ਜਿਹੜੀ ਘਟ ਗਿਣਤੀ ਹੈ ਨਾ ਉਹਨਾਂ ਦਾ ਇਸੇ ਕਰਕੇ ਵਿਸ਼ਵਾਸ ਉੱਠਦਾ ਹੈ ਇਸੇ ਕਰਕੇ ਪਹਿਲਾਂ ਜਿਹੜਾ ਹੈਗਾ ਸਿੱਖਾਂ ਨੇ ਜਿਹੜੀਆਂ ਹੈਗੀਆਂ ਆ ਜਿਨ੍ਹਾਂ ਦਾ ਸੰਤਾਪ ਨੂੰ ਭੁਗਤ ਰਹੇ ਹੈਗੇ ਇਹ ਉਸੇ ਜਿਹੜਾ ਹੈਗਾ ਘਟ ਗਿਣਤੀਆਂ ਦੇ ਨਾਲ ਤੱਕੇ ਦਾ ਜਦੋਂ ਜਿਹੜਾ ਹੈਗਾ ਹਰਮੰਦਰ ਸਾਹਿਬ ਤੇ ਅਟੈਕ ਕਰਨਾ ਜਦੋਂ ਅਕਾਲ ਤਖਤ ਸਾਹਿਬ ਤੇ ਅਟੈਕ ਕਰਨਾ ਔਰ ਉਸ ਅਕਾਲ ਤਖਤ ਔਰ ਜਿਹੜਾ ਹਰਮੰਦਰ ਸਾਹਿਬ ਹੈ ਉਹ ਸਿੱਖਾਂ ਦੀ ਆਸਤਾ ਦਾ ਕੇਂਦਰ ਹੈ ਉੱਥੇ ਉਹ ਬੰਦਾ ਜਾਂਦਾ ਜਿਹਦੇ ਦਿਲ ਦੇ ਵਿੱਚ ਸ਼ਰਧਾ ਹੈ ਸਤਕਾਰ ਹੈ ਔਰ ਜਦੋਂ ਰਾਹੁਲ ਗਾਂਧੀ ਵਰਗੇ ਜਾਂਦੇ ਹੈਗੇ ਆ ਉਹ ਇੱਕ ਬੋਟਾ ਦੀ ਰਾਜਨੀਤੀ ਨੂੰ ਲੈ ਕੇ ਜਾਂਦੇ ਹੈਗੇ ਇੱਕ ਪਾਸੇ ਤਾਂ ਉਹਦੇ ਤੇ ਤੁਸੀਂ ਬੰਬ ਮਾਰਦੇ ਹੈਗੇ ਦੂਜੇ ਪਾਸੇ ਤੁਸੀਂ ਉਹਦੇ ਮੱਥੇ ਟੇਕਦੇ ਹੈਗੇ ਉਹ ਵੀ ਸੰਤਰੀ ਪੱਗਾਂ ਬੰਨ੍ਹ ਕੇ ਔਰ ਤੁਸੀਂ ਇਹ ਨਹੀਂ ਸੋਚਦੇ ਕਿ ਜਿਹੜੀ ਇਹ ਸੰਤਰੀ ਪੱਗ ਹੈਗੀ ਆ ਤੁਸੀਂ ਤਾਂ ਮੇਰਾ ਖਿਆਲ ਆ ਵੀ ਉਸ ਟਾਈਮ ਬੱਚੇ ਹੋ ਉਹ ਬੱਚੇ ਵੀ ਨਹੀਂ ਹੋਣੇ ਮੇਰੇ ਖਿਆਲ ਚ ਆ ਤੁਸੀਂ ਪਰ ਉੱਥੇ ਹੀ ਸਿੱਖ ਧਰਮ ਦੇ ਸਿਧਾਂਤ ਦੀ ਗੱਲ ਕੀਤੀ ਜਾਵੇ ਮੈਂ ਤੁਹਾਡੇ ਸਵਾਲ 'ਚ ਇਹ ਕਹਿੰਦੇ ਜੇ ਮਰਤਾ ਦੇ ਨਾਲ ਕੋਈ ਆਉਂਦਾ ਦਰਬਾਰ 'ਚ ਆਉਂਦਾ ਤਾਂ ਆਉਂਦੇ ਨੂੰ ਦੇਖ ਚੰਗੀ ਤੇ ਜਾਂਦੇ ਨੂੰ ਜੇ ਕੋਈ ਚੜ ਕੇ ਆਉਂਦਾ ਉਹਨੂੰ ਤੇਖ ਇਹ ਸਿੱਖ ਪੰਥ ਦਾ ਜਿਹੜਾ ਸਿਧਾਂਤ ਹੈ ਬਿਲਕੁਲ ਹੈਗਾ ਬਿਲਕੁਲ ਹੈਗਾ ਜੇ ਗਲਤੀਆਂ ਹੋਣ ਤਾਂ ਉਹਨਾਂ ਦੀ ਮਾਫੀ ਵੀ ਮੰਗੀ ਜਾ ਸਕਦੀ ਹੈ ਨੰਬਰ 1 ਨੰਬਰ 2 ਬੜਾ ਗੱਲਾਂ ਕੀਤੀਆਂ ਗਈਆਂ ਜੀ ਉਹ ਇਹਨਾਂ ਨੇ ਕੇਸਰੀ ਪੱਗ ਬਨ ਕੇ ਆਏ ਕੇਸਰੀ ਪੱਗ ਬਨ ਕੇ ਆਏ ਮੈਂ ਤਾਂ ਹੀ ਗੱਲ ਕਹੀ ਹੈ ਕਿ ਤੁਸੀਂ ਉਸ ਸਮੇਂ ਪੈਦਾ ਵੀ ਨਹੀਂ ਹੋਏ ਹੋ ਮੇਰੀ ਸਮਝ ਕਹਿੰਦੀ ਹੈ 1984 ਦੇ ਵਿੱਚ ਕੇਸਰੀ ਪੱਗ ਬਹਿਨ ਸੀ ਜਿਹੜਾ ਬੰਦੇ ਦੇ ਕੇਸਰੀ ਪੱਗ ਬੰਨੀ ਵੀ ਹੁੰਦੀ ਸੀ ਜਾਂ ਉਹਦਾ ਪੁਲਿਸ ਮੁਕਾਬਲਾ ਬਣਾ ਦਤਾ ਜਾਂਦਾ ਸੀ ਜਾਂ ਝੂਠੇ ਕિસ્ਸਾ ਦੇ ਵਿੱਚ ਫਸਾ ਦਤਾ ਜਾਂਦਾ ਸੀ ਕਹਿੰਦੇ ਤੇ ਇਹਦੀ ਕੇਸਰੀ ਪੱਗੇ ਕੱਢਣੀ ਆ ਅੱਜ ਕੇਸਰੀ ਪੱਗ ਜੇ ਰਾਹੁਲ ਗਾਂਧੀ ਦੇ ਸਿਰ ਤੇ ਬੰਨੀ ਗਈ ਫਿਰ ਉਹ ਜਾਇਜ਼ ਹੋ ਗਈ ਨਾਰਮਲ ਗੱਲ ਹੋ ਗਈ ਸੋ ਇਹ ਗੱਲਾਂ ਆ ਨਾ ਜਿਹੜੀਆਂ ਇਹ ਇਹ ਮਤਲਬ ਮੈਂ ਕਿਸੇ ਕੋਈ ਕਿਤੇ ਜਾਵੇ ਸਾਨੂੰ ਕੋਈ ਮਤਲਬ ਨਹੀਂ ਹੈ ਰਾਹੁਲ ਗਾਂਧੀ ਪ੍ਰੈਸ ਕਾਨਫਰੈਂਸ ਕਰਦੇ ਨੇ ਮੈਂ ਤੁਹਾਡੀ ਗੱਲ ਦੇ ਵਿੱਚ ਹੀ ਕਹਿਣਾ ਉਹ ਕਹਿੰਦਾ ਵੀ ਡਾਕਟਰ ਮਨਮੋਹਨ ਸਿੰਘ ਨੇ ਜਿਹੜੇ ਲੋਕ ਸਭਾ ਰਾਸ ਸਭਾ ਦੇ ਵਿੱਚ ਦੋਨਾਂ ਵਿੱਚ ਮਾਫੀ ਮੰਗੀ ਆ ਸੋਨੀਆ ਗਾਂਧੀ ਵੱਲੋਂ ਮਾਫੀ ਮੰਗੀ ਚੁੱਕੀ ਆ ਆਖਰੀ ਮੰਗੀ ਗਈ ਛੂਟ ਬੋਲਦੇ ਆ ਸਾਡੇ ਹੀ ਸਿੱਖ ਤੋਂ ਜੀ ਸਰਵਾਰ ਮਨਮੋਹਨ ਸਿੰਘ ਤੋਂ ਜੀ ਉਹ ਉਹ ਤਾਂ ਸ਼ਰਦਾਬਾਨ ਸਿੱਖ ਹੈ ਉਹ ਤਾਂ 100 ਵਾਰ ਮਾਫੀਆਂ ਮੰਗਦਾ ਹੂੰ ਠੀਕ ਹੈ ਨਹੀਂ ਸਵਾਲ ਤਾਂ ਇਹ ਲੱਕੜਾਂ ਦੀ ਗੱਲ ਹੈਗੀ ਆ ਇਹਨਾਂ ਨੇ ਜਿਹੜਾ ਹੈਗਾ ਇੱਕ ਵਾਰ ਕਦੇ ਮਾਫੀ ਦੀ ਗੱਲ ਨਹੀਂ ਕੀਤੀ ਹੈਗੀ ਬਲਕਿ ਇਹ ਉਹ ਲੋਕ ਹੈਗੇ ਆ ਜਿਹੜਿਆਂ ਪਿੱਛੇ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਵਿੱਚ ਜਾ ਕੇ ਆਪਣਾ ਸੀਸ ਦਿੱਤਾ। ਜੀ। ਸੋ ਆਪਣੇ ਮੁੱਦੇ ਦੀ ਗੱਲ ਕਰਦੇ ਆਂ ਉੱਥੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਧਰਨਾ ਚੱਲ ਰਿਹਾ ਹੈ। ਅ ਮੋਹਾਲੀ ਦੇ ਅਮਸਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਹਸਤੀਆਂ ਜਾਂਦੀਆਂ ਨੇ। ਅ ਸ਼੍ਰੋਮਣੀ ਗੁਰਦਵਾਰ ਪ੍ਰੰਤਕਮਿਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਹੋਰ ਦਾਦੂਬਾਦ ਬਲਜੀਤ ਸਿੰਘ ਦਾਦੂਬਾਦ ਦੋਨਾਂ ਦਾ ਵਿਰੋਧ ਹੁੰਦਾ। ਤੇ ਸਭ ਤੋਂ ਵੱਧ ਜਿਹੜੇ ਧਾਮੀ ਸਾਹਿਬ ਦੀ ਗੱਡੀ ਭੰਨੀ ਜਾਂਦੀ ਹੈ ਤੇ ਉਹ ਵਿਰੋਧ ਕਰਦੇ ਨੇ ਜਿਹੜੇ ਉੱਥੇ ਦੇ ਸਿੱਖ ਜਥੇਬੰਦੀ ਨੇ ਨੌਜਵਾਨ ਨੇ। ਨਹੀਂ ਦੇਖੋ ਉੱਥੇ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਦੋਂ ਕੋਈ ਕਿਸੇ ਐਡੀ ਵੱਡੀ ਦੇਖੋ ਧਾਮੀ ਸਾਹਿਬ ਦੇ ਉੱਤੇ ਹਮਲਾ ਨਹੀਂ ਹੈਗਾ ਇਹ ਸਿੰਖ ਸੰਸਥਾ ਤੇ ਹਮਲਾ ਹੈਗਾ ਜਦੋਂ ਇੱਕ ਧਾਮੀ ਇਨ ਪਰਸਨ ਕੁਝ ਨਹੀਂ ਹੈਗਾ ਧਾਮੀ ਐਜ਼ ਪ੍ਰਧਾਨ ਐਸਜੀਪੀਸੀ ਇੱਕ ਸੰਸਥਾ ਦੇ ਪ੍ਰਧਾਨ ਦੇ ਤੌਰ ਤੇ ਉੱਥੇ ਗਏ ਸੀ ਔਰ ਉਹਨਾਂ ਨੂੰ ਬੁਲਾਇਆ ਗਿਆ ਸੀ ਇਨਵਾਈਟ ਕਰਿਆ ਗਿਆ ਸੀ ਇਨਵਾਈਟ ਕਰਨ ਤੋਂ ਬਾਅਦ ਜਦੋਂ ਉਹ ਬੋਲ ਕੇ ਆਉਂਦੇ ਹੈਗੇ ਕੁਝ ਲੋਕ ਉਹਨਾਂ ਦੀ ਕਾਰ ਦੇ ਮੂਹਰੇ ਹੜਕੇ ਕਹਿੰਦੇ ਆ ਸਾਨੂੰ ਜੀ ਇਹਨਾਂ ਗੱਲਾਂ ਦਾ ਜਵਾਬ ਦੇ ਕੇ ਜਾਓ ਸਾਨੂੰ ਇਹਨਾਂ ਗੱਲਾਂ ਦਾ ਜਵਾਬ